ਰੱਬ ਜੀ ਰਿਕਸ਼ਾ ਚਲਾਉਂਦੇ ਹੁੰਦੇ ਸੀ ਜੀ। ਮੇਰਾ ਰਾਤ ਦਾ ਦਿਨ ਸੀ ਅਤੇ ਸਟਾਫ ਵੀ ਨਹੀਂ ਸੀ, ਰਹਿੰਦੇ ਛੱਤ 'ਤੇ ਕਿਰਾਏ 'ਤੇ ਰਹਿੰਦੇ ਸੀ ਅਸੀਂ। ਅਤੇ ਬਾਹਰ ਨਿਕਲਦੇ ਹਾਂ ਸਾਰ ਹੀ ਨਾ ਸਾਹਮਣੇ ਰੋਡ ਸੀ ਅਤੇ ਅੰਮੀ ਅੱਬੂ ਜੀ ਸਾਨੂੰ ਬਾਹਰ ਨਹੀਂ ਸੀ ਜਾਣ ਦਿੰਦੇ, ਕਹਿੰਦੇ ਸੀ ਸੜਕ ਗੱਡੀਆਂ ਵਗੈਰਾ ਚੱਲਦੀਆਂ ਨੇ। ਅੱਬੂ ਜੀ ਨੇ ਨਾ ਚੀਜ਼ਾਂ ਵਗੈਰਾ ਲਿਆ ਕੇ ਨਾ ਦਰਾਜ 'ਚ ਰੱਖੀਆਂ ਨੇ ਅਸੀਂ ਖਾਣ ਪੀਣ ਵਾਲੀਆਂ। ਜਦੋਂ ਅੱਬੂ ਜੀ ਨੇ ਬਾਹਰੋਂ ਆਉਣਾ ਅਤੇ ਅਸੀਂ ਸਾਰੇ ਭੈਣ ਭਰਾਵਾਂ ਨੇ ਕੋਲ ਖਲੋ ਜਾਣਾ ਕਰਨਾ। ਅਤੇ ਅੱਬੂ ਜੀ ਨੇ ਜਦੋਂ ਦਰਾਜ ਖੋਲ੍ਹਣਾ ਕੋਈ ਨਾ ਕੋਈ ਟਾਫੀ ਜਾਂ ਕੋਈ ਚੀਜ਼ ਸਾਨੂੰ ਨਾ ਦਿਆ ਕਰਨੀ। ਜੁਮੇਰਾਤ ਸੀ, ਮੈਂ ਅਤੇ ਮੈਂ ਨਾ ਜਿਹੜੀ ਵੱਡੀ ਪਤਾ ਨਹੀਂ ਕੌਣ ਸੀ ਨਾਲ ਮੇਰੇ, ਅਸੀਂ ਦੋ ਜਣੇ ਅਸੀਂ ਬੜੇ ਖੁਸ਼ ਕਿ ਅੱਬੂ ਜੀ ਆਏ ਨੇ। ਅੱਬੂ ਜੀ ਟਾਈਮ ਨਾਲ ਹੀ ਆ ਗਏ ਉਸ ਦਿਨ, ਅਸੀਂ ਅੱਬੂ ਜੀ ਦੇ ਮਗਰ 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 ਮਗਰ। ਉਦੋਂ ਗੱਲ ਬੜੀ ਮਸ਼ਹੂਰ ਸੀ, ਅੱਜ ਜੁਮੇਰਾਤ ਅਤੇ ਡੈਡੀ ਦੀ ਬਰਾਤ। ਉਹ ਅਸੀਂ ਅੱਬੂ ਜੀ ਦੇ ਪਿੱਛੇ ਪਿੱਛੇ, ਅੱਬੂ ਜੀ ਕੋਈ ਕਾਗਜ਼ ਸਾਗਜ਼ ਲੈਣ ਆਏ ਸੀ। ਅੱਬੂ ਜੀ ਅੱਗੇ ਬੜੇ ਗੁੱਸੇ 'ਚ ਸੀ, ਦਰਾਜ਼ ਦੇ ਕੋਲ ਬਹਿ ਗਏ। ਅੱਬੂ ਜੀ ਜਾ ਕੇ ਦਰਾਜ਼ ਖੋਲ੍ਹਣ ਲੱਗੇ, ਮੈਂ ਅਤੇ ਮੇਰੀ ਭੈਣ ਅਸੀਂ ਦੋਵੇਂ ਲੱਗੇ ਅੱਜ ਜੁਮੇਰਾਤ ਅਤੇ ਡੈਡੀ ਦੀ ਬਰਾਤ। ਅਤੇ ਡੈਡੀ ਆਇਆ ਨੱਸ ਕੇ, ਪੱਦ ਮਾਰਿਆ ਕੱਸ ਕੇ, ਅੱਬੂ ਜੀ ਨੇ ਨਿੱਤਰ ਫੜਿਆ ਚੰਗਾ ਵਜਾਇਆ। ਨਿਕਲ ਜਾ ਤੁਹਾਨੂੰ ਦੇਣਾ ਟਾਫੀ ਹੁਣ।